دوابر وارث حجت خدا بسم اللہ الرحمن الرحیم اللہم کل ولیک الحجت ابن الحسن علیہ السلام صلواتک علیہ وآلہ بیہ فی حاضر ساعت وفی کل ساعت من ساعت لیل ونہر ولین وحافظن وقائدن وناصرن ودلیلن وائن ہتا اس کے نو ارز کتون و تمت فی ہا طویلا اللہم صلی علی محمد وال محمد یا مولتی یا سید تو غیسینی یا مولتی یا سید تو غیسینی اللہم صلی علی محمد وال محمد زار زبان حسین بادشاہ دی عظمت تے مل کے صلوات پڑھو صلوات پڑھنا بہت بڑی عظیم عبادت ہے مجمع کافی سارے سارے زبان واجب سمجھ کے صلوات پڑھو نعرہ تکبیر خالق اکبر دنا بلند ہے بلند آواز نال مل کے بولو نعرہ تکبیر نعرہ رسالت جیویں سیداد باب دنا بلند ہے بلند آواز نال مل کے بولو نعرہ رسالت نعرہ حیدری جیویں حسنین بادشاہ دے باب دا نام بلند ہے سارے صاحبان دوے حد بلند کر کے مل کے نعرہ حیدری اپنے اپنے ٹرائی دی قبولیت واسطے صلوات پڑھو ناراض نو ملتان والے مجمع کافی سارے صلوات دی آواز جھکی جھکی اچھی آواز نال صلوات پڑھو پتہ لگے کہ عزادار شامل ان صلوات دی ماشاءاللہ لا حول ولا قوة الا باللہ العلی العظیم بسم اللہ ونار الكافرين المنافقين بے شمار دلانت السلام و سلام على رسول الكريم بالقاسم محمد محمد دی عظمت دے صلوات اما بعد فقد بسم اللہ الرحمن الرحیم قال نبی آدم خطاب مدخن حب علین یا کل ذنوب امیر کائنات دی عظمت صلوات سب تو پہلے دعا ہے تمام شیعہ سنی باب صدات غیر صدات دے اس مقام تے ٹر رہا مخدوم حسین اپنی بارگاہ چ قبول تے منظور فرما دے بانیان دے صفحے ماتم وچ لنگر نیاز زاکرین دے پڑیا ماتمیاں دی ماتمداری مخدوم حسین اپنی بارگاہ اچ قبول تے منظور فرماوے جتنے عزادار نیک آجات گھن کے خالق کائنات اپنی بارگاہ اچ قبول تے منظور فرماوے آمین ضرور اکھی کرو باو جی چند بندہ آمین اکھی چند بندہ سجے کھبے ڈٹھے چند بندے پریشان ہو گئے چند بندہ زبان ہلائیے چند بندہ سر ہلائے
ਮੁਲਤਾਨ ਵਾਲੇ ਹੁਰੀਅਤ ਇਸਲਾਮ ਦਾ 12ਵਾਂ ਤਾਜਦਾਰ ਫਰਮਾਉਂਦੇ, ਜਦੋਂ ਕੋਈ ਸਾਡੇ ਮੰਨਣ ਵਾਲਾ ਜ਼ਦਾਰ ਉਸ ਮੁਕਾਮ 'ਤੇ ਤਸ਼ਰੀਫ ਗਿਨਵੇ ਜੈਂ ਜਗ੍ਹਾ 'ਤੇ ਮੇਰੇ ਡਾਡੇ ਹੁਸੈਨ ਦਾ ਜ਼ਿਕਰ ਥੀਂਦੇ, ਮੈਂ ਹੁਜਤ ਖੁਦਾ 12ਵੀਂ ਸਰਕਾਰ ਇਸ ਇੰਤਜ਼ਾਰ 'ਚ ਹੋਣਾ ਕਿ ਅਲੀ ਉਨ ਵਲੀ ਉੱਲਾ ਪੜ੍ਹਨ ਵਾਲਾ ਕੁਝ ਮੰਗੇ ਅਤੇ ਮੈਂ 12ਵਾਂ ਅਤਾ ਕਰਾਂ। ਆਮੀਨ ਜ਼ਰੂਰ ਰੱਖੀ ਕਰੋ। ਅੱਜ ਕਿਸੇ ਵਾਸਤੇ ਆਖਸੋ ਤਾਂ ਕੋਈ ਤੁਹਾਡੇ ਵਾਸਤੇ ਵੀ ਆਖਸੀ। ਖਸੂਸਨ ਬਾਨੀਆਂ ਨੇ ਮਜਾਲਿਸ ਦੇ ਖਾਨਦਾਨ ਦੇ ਜਿਤਨੇ ਮਰਹੂਮਿਨ ਟੁਰ ਗਏ, ਮੇਰੇ ਲਈ ਜ਼ਿਕਰ ਦੇ ਸਦਕੇ ਉਹਨਾਂ ਦੇ ਦਰਜਾਤ ਬੁਲੰਦ ਫਰਮਾ, ਬਾਨੀਆਂ ਦੀ ਤੋਫੀਕਾਤ 'ਚ ਇਜ਼ਾਫਾ ਫਰਮਾ। ਜਿਤਨੇ ਅਜ਼ਾਦਾਰ ਬੇਰੁਜ਼ਗਾਰ ਇਨ, ਮੇਰੇ ਲਈ ਜ਼ਿਕਰ ਦੇ ਸਦਕੇ ਉਹਨਾਂ ਕੋਲ ਵਸੀ ਰੁਜ਼ਗਾਰ ਅਤਾ ਫਰਮਾ। ਜਿਤਨੇ ਸ਼ੀਆ ਸੁਨੀ ਅਬਾਬ ਸਦਾਤ ਗੈਰ ਸਦਾਤ ਮੇਰੇ ਜ਼ਿੰਮੇ ਦੁਆਈ ਲਈ ਹਨ, ਮੇਰੇ ਲਈ ਉਹਨਾਂ ਦੇ ਨੇਕ ਹਾਜਾਤ ਆਪਣੀ ਵਾਰਗਾਹ 'ਚ ਕਬੂਲ ਅਤੇ ਮਨਜ਼ੂਰ ਫਰਮਾ। ਹਰ ਅਜ਼ਾਦਾਰ ਮਾਤਮਿੰਦ ਦਿਲ ਦੀ ਇੱਕ ਸਦਾ ਏ ਸਰ ਵਾਰਿਸ ਹੁਜਤ ਖੁਦਾ ਇਮਾਮ ਜ਼ਮਾਨਾ ਦਾ ਜ਼ਹੂਰ ਜਲਦ ਫਰਮਾ। ਕੋਈ ਲੰਬੀ ਚੌੜੀ ਗੁਫ਼ਤਗੂ ਨਹੀਂ, ਆਪਣੇ ਵਕਤ ਦੇ ਅੰਦਰ ਮੇਰੇ ਬਾਅਦ ਬਾਬੇ ਜੀ ਹੁਣੀ ਤਸ਼ਰੀਫ ਫਰਮਾਏ, ਜ਼ਿਆਦਾ ਦੇਰ ਉਹਨਾਂ ਕੋਲ ਤਕਲੀਫ ਨਹੀਂ ਦੇਵਣੀ। ਮੈਂ ਜ਼ਾਕਰ ਬਣ ਕੇ ਮੁਲਤਾਨ ਵਾਲੇ ਉਹ ਹਾਜ਼ਰ ਨਹੀਂ ਹੋਇਆ, ਬਾਬਾ ਜੀ ਮੈਂ ਉਹਨਾਂ ਦਾ ਜ਼ਾਕਰ ਕਿਵੇਂ ਹੋ ਸਕਦਾ ਜਿਨ੍ਹਾਂ ਦਾ ਖੁਦ ਖੁਦਾ ਜ਼ਾਕਰ ਏ। ਇੱਕ ਤਾਲਿਬ ਇਲਮ ਦੀ ਹਸੀਅਤ 'ਚ ਥੋੜ੍ਹਾ ਜਿਹਾ ਭਜਨ ਸਬਕ ਸੁਣਾਉਣਾ ਚਾਹੁੰਦਾ। ਆਪਣੀ ਜ਼ਬਾਨ ਨੇ ਪਾਕੋਂ ਹੁਕਮ ਖੁਦਾ ਦੇ ਬਗੈਰ ਹਰਕਤ ਨਾ ਦੇਵਣ ਵਾਲਾ ਨਬੀ ਆਮਨੰਦ ਲਾਲ ਹਸਨੈਨ ਦਾ ਨਾਨਾ, ਬਤੂਲ ਦਾ ਬਾਬਾ ਕਾਲੀ ਕਮਲੀ ਵਾਲਾ ਮੁਹੰਮਦ ਮੁਸਤਫਾ, 1,24,000 ਪੈਗੰਬਰ ਦਾ ਸੁਲਤਾਨ ਨਬੀ ਮੁਲਤਾਨ ਅਲਿਓ ਮਸਜਿਦ ਨਬਵੀ ਸਹਾਬਤ ਮਜਮਾ ਮੌਜੂਦ ਰਸੂਲ ਖੁਦਾ ਮਿੰਬਰ ਤੇ ਬਹਿ ਕੇ ਮੁਸਕਰਾ ਕੇ ਪੈ ਦੇਣ, ਉਹ ਮਦੀਨੇ ਵਾਲਿਓ ਮੇਰੇ ਭਰਾ ਅਲੀ ਦੀ ਮੁਹੱਬਤ ਗੁਨਾਹ ਕੋ ਖਾ ਵੈਂਦੀ ਹੈ। ਜ਼ਬਾਨ ਹਲੇ ਜਿਹੜਾ ਬੰਦਾ ਜ਼ਿਕਰ ਅਲੀ 'ਚ ਬੋਲਣਾ ਇਬਾਦਤ ਸਮਝਦੇ, ਬਾਬਾ ਜੀ ਤਵੱਜੋ ਹੈ ਨਾ ਸਾਰੇ ਜ਼ਬਾਨ ਦੀ, ਮੇਰੇ ਭਰਾ ਅਲੀ ਦੀ ਮੁਹੱਬਤ ਗੁਨਾਹ ਕੋ ਖਾ ਵੈਂਦੀ ਹੈ। ਮੁਲਤਾਨ ਦੀ ਧਰਤੀ ਜ਼ਾਕਰ ਕਰ ਮਜਮਾ ਕਦੀਮੀ ਅਜ਼ਾਦਾਰ ਤਸ਼ਰੀਫ ਫਰਮਾਓ, ਭਜਨ ਮੁਹੱਬਤ ਦਾ ਮੈਂ ਨਹੀਂ ਹੈ ਮੰਨਣਾ, ਮੈਂ ਕੋ ਅੱਲਾਹ ਨਾਲ ਬਾਬਾ ਜੀ ਮੁਹੱਬਤ ਹੈ, ਮੈਂ ਲਾ ਇਲਾਹ ਇਲੱਲਾ ਪੜ੍ਹਦਾ, ਮੈਂ ਕੋ ਰਸੂਲ ਖੁਦਾ ਨਾਲ ਮੁਹੱਬਤ ਹੈ, ਮੈਂ ਮੁਹੰਮਦ ਰਸੂਲ ਅੱਲਾ ਪੜ੍ਹਦਾ, ਮੈਂ ਕੋ ਅਲੀ ਦੀ ਕਸਮ ਹੈ, ਮੈਂ ਕੋ ਅਲੀ ਨਾਲ ਮੁਹੱਬਤ ਹੈ, ਮੈਂ ਅਲੀ ਅਨ ਵਲੀ ਉੱਲਾ ਪੜ੍ਹਦਾ। ਇੰਝ ਨਹੀਂ ਚੰਦ ਬੰਦੇ ਰਹਿ ਕੇ ਉਹਨਾਂ ਕੋ ਨਾਲ ਮਿਲਾ ਕੇ ਦੋਵੇਂ ਹੱਥ ਬੁਲੰਦ ਕਰਕੇ ਮਿਲ ਕੇ ਨਾਰਾ ਹੈਦਰੀ, ਤਵੱਜੋ ਹੈ ਨਾ ਬਾਬੂ ਜੀ ਸਾਰੇ ਜ਼ਬਾਨ ਦੀ, ਮੁਹੱਬਤ ਦਾ ਮੈਂ ਨਹੀਂ ਹੈ ਮੰਨਣਾ, ਬਾਬੂ ਜੀ ਮੇਰੇ ਕੋ ਮੁਹੰਮਦ ਨਾਲ ਮੁਹੱਬਤ ਹੈ, ਮੈਂ ਮੁਹੰਮਦ ਰਸੂਲ ਅੱਲਾ ਪੜ੍ਹਦਾ, ਮੇਰੇ ਕੋ ਅਲੀ ਨਾਲ ਮੁਹੱਬਤ ਹੈ, ਮੈਂ ਅਲੀ ਅਨ ਵਲੀ ਉੱਲਾ ਪੜ੍ਹਦਾ। ਰਸੂਲ ਖੁਦਾ ਫਰਮਾਉਂਦੇ ਨੇ ਬਾਬੂ ਜੀ ਮੈਂ ਕਹਿ ਮੌਲਵੀ ਜ਼ਾਕਰ ਦੀ ਜ਼ਬਾਨੀ ਨਹੀਂ ਪੜ੍ਹਿਆ ਹੋਇਆ, ਕਹਿ ਮੁਜਤਹਿਦ ਦੀ ਜ਼ਬਾਨੀ ਨਹੀਂ ਲਿਖਿਆ ਹੋਇਆ ਪੜ੍ਹਦਾ ਪਿਆ, ਜਿਹੜਾ ਮੁਹੰਮਦ ਮੁਸਤਫਾ ਮਦੀਨੇ ਦੇ ਵਿੱਚ ਮਸਜਿਦ ਨਬਵੀ ਸਹਾਬਤ ਮਜਮੇ ਦੇ ਵਿੱਚ ਅਮੀਰ ਕਾਇਨਾਤ ਦੀ ਸ਼ਾਨ ਦਾ ਕਸੀਦਾ ਪੜ੍ਹੇ, ਉਹ ਕਸੀਦਾ ਪੜ੍ਹਿਆ ਹੋਇਆ ਮੈਂ ਤੁਹਾਗੋ ਪਿਆ ਸੁਣੇ ਨਾ। ਰਸੂਲ ਖੁਦਾ ਪੇ ਫਰਮਾਉਂਦੇ ਨੇ ਮਦੀਨੇ ਵਾਲੇ ਜੈ ਬੰਦੇ ਯਕੀਨ ਦੇ ਨਾਲ ਈਮਾਨ ਦੇ ਨਾਲ ਦਿਲ ਦੀਆਂ ਗਹਿਰਾਈਆਂ ਦੇ ਨਾਲ ਮੇਰੇ ਭਰਾ ਅਲੀ ਦੀ ਮੁਹੱਬਤ ਦਾ ਇਕਰਾਰ ਕਰਕੇ ਦੇ, ਯਾਦ ਰੱਖੇ ਮੇਰੇ ਭਰਾ ਅਲੀ ਦੀ ਮੁਹੱਬਤ ਗੁਨਾਹ ਕੋ ਇਵੇਂ ਖਾ ਵੈਂਦੀ ਏ ਜਿਵੇਂ ਸੁੱਕੀ ਲੱਕੜੀ ਕੋ ਅੱਗ ਖਾ ਵੈਂਦੀ ਏ। ਇਹ ਹਰ ਸਲਾਮਤ ਰਹਿਣ ਜਿਹੜੇ ਜ਼ਿਕਰ ਅਲੀ ਛੁੱਟਦੇ ਪੈਣ। ਬਾਬੂ ਜੀ ਲੋਕ ਕਹਦੇ ਨੇ ਜਿੱਥਾਂ ਸ਼ੀਆ ਬਹਨੇ ਅਲੀ ਕੁ ਚਵਦ, ਕਸਮ ਚਵਾ ਜੋ ਅਸਾਂ ਅਲੀ ਕੁ ਵਧਾਇਆ ਹੋਵੇ। ਅੱਧ ਮਜਮੇ ਚ ਬਾਬਾ ਜੀ ਇੱਕ ਬੰਦਾ ਉੱਠੇ, ਇੰਜ ਹੱਥ ਬੱਧੇ ਸੀ, ਯਾ ਰਸੂਲ ਅੱਲਾ ਇਹ ਦੱਸੋ ਤੁਹਾਡੇ ਕੋਲੋਂ ਜਬਰੀਲ ਕਿਤਨੇ ਦਫਾ ਆਏ? ਗੁੰਗੇ ਹੀ ਬੋਲੇ ਸਿੰਧੂ ਤਾਂ ਜ਼ਬਾਨ ਰੱਖਦੇ। ਰਸੂਲ ਖੁਦਾ ਮੁਸਕਰਾ ਕੇ ਪੈ ਦੇਣ, ਮੈਂ ਮੁਹੰਮਦ ਮੁਸਤਫਾ ਕੋਲੋਂ ਜਬਰੀਲ 25,000 ਦਫਾ। ਸਾਇਲਾ ਦੇ ਸਹੀ ਤੇ ਤੁਹਾਡੇ ਭਰਾ ਅਲੀ ਕੋਲੋਂ ਜਬਰੀਲ ਕਿਤਨੇ ਦਫਾ ਆਏ? ਰਸੂਲ ਖੁਦਾ ਮੁਸਕਰਾ ਕੇ ਪੈ ਦੇਣ, ਮੇਰੇ ਭਰਾ ਅਲੀ ਕੋਲੋਂ ਜਬਰੀਲ ਆਏ 50,000 ਦਫਾ। ਬੋਲੇ ਬੋਲੇ ਜੇ ਕੁੱਲਾ ਜ਼ਬਾਨ ਅਦਾ ਕੀਤੀ ਉਹ ਬੰਦਾ ਜ਼ਬਾਨ ਜ਼ਰੂਰ ਹਲਾਵੇ। ਬਾਬਾ ਜੀ ਜਿਹੜਾ ਬੰਦਾ ਇਮਤਿਹਾਨ ਗਿਣਨਾ ਗੁਲਾਮ ਅਬਾਸ ਹੁੰਦਾ ਜ਼ਿੰਮੇਵਾਰ ਨਹੀਂ। ਬਾਬਾ ਜੀ ਸਾਹਿਬ ਕਿਤਾਬ ਲਿਖਦੇ ਨੇ ਸੈਲ ਦਾ ਚਿਹਰਾ ਇਵੇਂ ਹੋ ਗਏ ਜਿਵੇਂ ਸੁਬੋ ਦੇ ਵਕਤ ਸੂਰਜ ਤਲੂ ਥੀਂਦੇ। ਹੁਣ ਚੁੱਪ ਇਵੇਂ ਕਰਕੇ ਮੁਲਤਾਨ ਵਾਲੇ ਬੰਦਾ ਕਦੀ ਉਹ ਭਰਦਾ ਡਿੱਠੇ ਹੀ ਨਹੀਂ ਤੁਸਾਂ। ਬਾਬਾ ਜੀ ਚਿਹਰਾ ਸੁਰਖ, ਅੱਖਾਂ ਲਾਲ ਹੋ ਗਏ, ਇੰਝ ਹੱਥ ਬਦੇ, ਯਾ ਰਸੂਲ ਅੱਲਾ ਤੁਹਾਡੇ ਕੋਲ ਹੈ ਜਬਰੀਲ 25,000 ਦਫਾ, ਅਲੀ ਕੋਲ ਹੈ ਜਬਰੀਲ 50,000 ਦਫਾ, ਇਹ ਦੱਸੋ ਤੁਸਾਂ ਵੱਡੇ ਹੋ ਜਾਂ ਅਲੀ?
بولیں یار جی اللہ زبان عطا کی دی زبان حلاویں نبی پہ فرمیندن میں وڈا سہلا دے مقام تھوڑا زیادہ یا علی دا رسول فرمائے میں دا سہلا دے صاحب کتاب تساں یا علی نبی فرمائے میں سہلا دے 124,000 پیغمبر دے سلطان نبی تساں یا علی نبی فرمائے میں سہلا دے مقام تھوڑا زیادہ احترام تھوڑا زیادہ صاحب کتاب تساں اللہ دے آخری نبی تساں 124,000 پیغمبر دے سلطان نبی تساں تھوڑے کول اے جبریل 25,000 دفعہ علی کول اے جبریل 50,000 دفعہ پہلے بندے تو لے کے آخری کھڑے بندے تک باوجی میں وہ بندہ دیکھنا چاہنا جیڑا بندہ جو ملتان دی دھرتی دے بھی جیڑا بندہ دے میں ساری زندگی مجلس حسینی چاہیا میں ذکر علی چلی علی نہیں کیتا آج علی علی نہ کیتا ہی وط نجف ون کے علی دی چوکڑ دے ذکر علی دی خیرات پنی کیوں ہے تے کو چوکتے مانے میں کو بھین بھیرا دی عطا تے مانے سہلا دے مقام تھوڑا زیادہ احترام تھوڑا زیادہ صاحب کتاب دوسوں اللہ دے آخری نبی دوسوں 124,000 پیغمبر دے سلطان نبی تساں تھوڑے کول اے جبریل 25,000 دفعہ علی کول اے جبریل 50,000 دفعہ وجہ کیا ہے اللہ دے جلال محمد مصطفیٰ کو جلال ہے جلال دی سرخی محمد دی آنکھیں چکر مارے آمنند لال مسکرا کے پیدن اے تو نہیں پیا بلیندا اے تیرے اندر الا بغض علی بہر پیا نکل دے تو میں محمد مصطفیٰ دی حدیث بول گئی ہے جدا میں محمد مصطفیٰ فرمایا ہا انا مدینہ تلیل میں و علی بابوہا میں محمد علم دا شہرہ علی ان دا دروازے جدہی شریف شریفوں کو ملنا دین وات کندھاں ٹاپ کے نہیں آن دے دروازے آلے پاس آن دین جدہی جبریل میں محمد مصطفیٰ کو ملنا دہا میں محمد کو مل دہا ہی کواری علی کو آن دیڑی مل دہا علی کو وین دیڑی مل دہا توجہ ہے نا سارے سے بانگ زمانہ علی کو پہچان ویندہ تو کربلا دے میدان اچ بی بی زینب دی نسل نہ موکے ہا زندگی واقعی ملاقات واقعی مکمل مجلس بھائیو نے حکم کی دے کہ تو سمبی بی آلیہ دے جوڑی دے مسائب سناؤ جوڑی دے لان دے بعد جڑا بی بی زینب کو ماں سڈن والی کوئی نہ بابا جی گھنٹے دا مضمون کوشش کریں نا تھوڑے وقت وچ مکمل مجلس بابا جی میں انہاں شہزاداں دا مسائب شروع کیتے جڑے کربلا دے وچ لتھن ہیک بیرا مامیں دی جاگیر وچ لتھا بیا بیرا مامیں دی جاگیر دے پوتر اکبر دی جاگیر دے بننے تو باہر لتھے میں بی بی زینب دی جوڑی دے باو جی دو جملے پڑھنا چاہنا جدہ میری آلیہ سین نا باو جی ملتان نا لے وطن تو ٹرن لگی کنن ٹرئی ہے میری آلیہ سین 28 رجب دی ڈھلی ادھر رات آئی میری سین وارث دے کول آ کے پیا دی سردار اجازت دے ہو میرا بھیرا وطن پیا چھڑیں دے ماتمی ازادار ہو ہر زاکر مولی آکھ چھڑیں دے پڑھ چھڑیں دے کہ علی دیاں دیاں وطن تو ٹریاں یہ علی دیاں دھیاں دے ملتان علی و معمل نہیں ٹرے علی دیاں دھیاں دے جنازے ٹرے ہے واہ 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 رونا تیرے واسی چ نہیں ہائے کر چھوڑنا تیرے واسی چ دعا منگی کر شالہ ہن جو آوے جنی خلیدار محمد دی دھی ہوئے باو جی میری آلی حسین فرمایا سردار حکم دے اجازت ہوئے میرا بھیرا وطن پیے چھوڑیں دے میں بھیرا دے نال ونجنا چاہنیاں جناب عبداللہ نے باو جی توجہ میرے پاس ہوئے بابا سارے عزاداراں دی بابا فضائل نہیں میں مسائب پہ پڑھ دا کچھ سوچنا چاہی دا توجہ ہے نا بابا جی سارے سے باندھی میری سین فرمایا سردار میرا بھیرا وطن پہ چھڑیں دے میں بھیرا دیاں آد دی بھائیوال بھین بی بی فرمائے اجازت ہووے میں بھیرا دے نال ونجنا چاہنی اجازت دے ہو جناب عبداللہ باو جی بستر بیماری تے ستین تلیاں ٹیک کے اٹھیں ماتمی عزدارو ایمیں چاچے جائی دے قریب آکے باو جی رو کے پیادن
चाचे जाई नाराज न होवे, आज मैं वसदा जो मंगणी मंग, मैं जाफर तैयार द पुत्र हाँ, मैं रईस अरब द पुत्र हाँ, आज जो चीज मंगना चाहे आज मैं वसदा, मेरे नौकर मौजूद हैं, कनीजा मौजूद हैं। अकबर दे मातमियो चाचे जाई दी गल सुन के मैं मिंबर दी अजमत दी कसमे, जनाब अब्दुल्ला जना करीब है ना, बीवी तलियां टेक के उठिए रो के पै दिन, चाचे जाई घबरा नहीं, तेरे बाबे अली आखा जना तेरा अकद होया ना मेरे नाल, मेरा चाचे अली दे दूजे दी अमामा खोल के गली चाया होया हा, अखा नैन सावण दे बदल है, मैं चाचे को रोंदा डिठा, मैं चाचे दे कदमा ते हाथ रख के आखा, चाचा मेरे जीने क्यों पे रोंदे हो, मेरे गल च बही पा के आ दिन, मैं अली ई वस्ते टुर के आया, कदें ज़ैनब खाली आप न बलावे, कदें सवालन बन के आवे, मेरी धी को खाली न बलावे, जदा मेरा पुत्र हुसैन वतन छोड़े ना, मेरी धी को भेरा दे नाल वंजन दी इजाजत देवे, मेरी ओ धी ज़ैनब है जड़ी सिर्फ इबादत खुदा दे बगैर वत भेरा हुसैन दा चेहरा दे दी रही है, भेरा दे चेहरे दी आशिक बहन है। अकबर दे मातमी शी सुनी अजदार जितने तशरीफ फरमाओ बाबू जी, जनाब अब्दुल्ला दी आवाज पे आंदी, चाचे जी तू वतन पे छुड़े नहीं, तेरे नाल अकबर जिया सोना पुत्र पे वेंदे, जे को तू 18 साल बुरके च पलेंदी रही है, तेरे नाल भेरा पे वेंदन, जमाने दा दस्तूर है, सफर दा माहौल उसी, तेरे नाल भेरावां ते कि थाई परदेस च दुख तकलीफ आवन ना बाबू जी, वत इंसान सदका देंदन, जनाब अब्दुल्ला पे फरमेंदन, वत मेरे घर चू खाली न टूर, मेरे पुत्रों को आनो मोहम्मद को नाल ला, पुत्र समझ के नाल न ला, इन्ना को अकबर ते हुसैन दा सदका समझ के नाल ला, अकबर दे मातमियो जनाब अब्दुल्ला दो हां पुत्रों को हां दे नाल ला के रो के पै दिन, मेरा लाल याद रखे आज तुस ज़ैनब दे पुत्र बन के नहीं, आज हुसैन दा सदका बन के टुरदे पए हो, वाह 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 वाह। रोज से इतना जितना मखदों में शाम को बाबू जी मंजूर हो सी, जिदा अली दियां धीयां दे बाबू जी महमल टुरन मदीने च, दूर ऐसे बाबू जी बच्चे हैं, मैं को मिंबर दी अजमत दी कसम है, जेडे वखरे घोड़ा ते सवार नहीं होए बाबू जी, अली अकबर दी सवारी दा ना उकाब, मैं को मिंबर दी अजमत दी कसम है, अली बिन या घोड़े ते सवार होए, हजरत अब्बास घोड़े ते सवार होए, कौन त्रै शाहजादे हैं जेडे मदीने चो 28 रजब को बाबा जी ये अपनी मावां दी झोलियां सवार होए हैं, अलैदा घोड़ा ते सवार रहन होए, मुल्तान आलेओ मैं पत्थर जिगर दजाम में नहीं, जेड़ा बंदा जदार बन के बैठे है, केड़े त्रै शाहजादे ने बाबू जी जेड़े माँ दिया झोलियां च महमल च बह के करबला तक गए, हिक हसन द यतीम कासिम जेड़ा माँ दी झोली च बैठा गिए, बिया बाबा जी मेरी आलिया सैन दी जोड़ी, ओन मोहम्मद को मेरी सैन महमल च अपने कोल बल्हा के हर मंजिल ते बोसा दे के आखिया, मेरा अल्लाह गवार आवे आज पुत्र समझ के बोसा नहीं, मैं सदका समझ के बोसा भी दे दिया, सदके सदके। अकबर दे मातमी हुसैन बादशाह बाबू जी 2 मुहर्रम को करबला दे मैदान जदा पहुंचन, हुसैन बादशाह जागीर बनी असद दे लोगों तो खरीद करके 60,000 दिरहम दी, 30,000 हुसैन बादशाह दिते, 30,000 मेरी आलिया सैन दिते, शबीर फरमाया आलिया मैं जागीर खरीद कीती है, 30,000 तुसन दितेन, 30,000 मैं दितेन, ए दसा जागीर कहंदे ना करावा, जितने अकबर दे मातमी बैठे होवे बेरा दे गल च बही पा के दिए, पुत्र तेरे पलेंदी मैं रहियां, तेरी मिन्नत करेंदी ए करबला दी जागीर मेरे सोने अकबर दे ना करा, अकबर दे मातमे इयत वजह ना बाबा जी, ए जमाने दा दस्तूर है बाबा जी, ए हुण मुल्तान दा बंदा वसदा होवे सब तू वड्डी तकलीफ होंदी है, जेड़ा किसे को कहंदे घर च आ के मारो, बाबा जी इया तवज्जा है ही, जड़े शाम में गरीबां बतूल पुत्र हुसैन को मिलन आई है ना, मेरी सैन पूछा हुसैन केड़ा दर्द है जड़ा ते को मासर तक नहीं भूलना, माँ दे कदमा ते हाथ रख के दे, मैं यो हिको दर्द है मुसलमाना मैं को घर आ के मारे है, अम्मा करबला मेरे अकबर दी जागीर आई, अम्मा मैं को जागीर दे अकबर दी विछा के मारा ले, सदके सदके। अकबर दे मातमियों मेरे हुसैन बादशाह ने बाबा जी मेरी अध रात हुई मेरी सैन ने कोले आलिया आ ते को करबला दा मैं ना खरावा,
ਅਕਬਰ ਦੇ ਮਾਤਮੀ ਸਾਹਿਬ ਕਿਤਾਬ ਲਿਖਦੇ ਨੇ, ਢੱਲੀ ਅਧਰਾ ਤਲੇ ਸ਼ਬੀਰ ਬਾਦਸ਼ਾਹ ਨੇ ਭੇਣ ਦਾ ਹੱਥ ਨੱਪਾ, ਭੇਣ ਦਾ ਹੱਥ ਨੱਪ ਕੇ ਹੀਕ ਮੰਜ਼ਲ 'ਤੇ ਲੈ ਆਏ। ਭੇਣ ਦੇ ਪਾਸੇ ਡਿੱਠੇ ਅਤੇ ਗਰੀਬ ਰਜ ਰੋਨੇ ਰੋ ਕੇ ਪੈਦਨ ਆ ਲਿਆ, ਇੱਥ ਮੇਰੇ ਅਕਬਰ ਦੇ ਸੀਨੇ ਫਲ ਬਰਛੀ ਦਾ ਲੱਗਣਾ। ਅਕਬਰ ਦੇ ਮਾਤਮੇ ਵਤ ਹੀਕ ਜਗ੍ਹਾ 'ਤੇ ਆਏ, ਗਰੀਬ ਜਿਹੜਾ ਸਾਬਰਾ ਦੋ ਜਾਨੋ ਜ਼ਮੀਨ 'ਤੇ ਛੜੇ, ਭੇਣ ਭੇਰਾ ਦੇ ਪਾਸੇ ਦੇਖ ਕੇ ਭਈਆ ਦੀ ਕਦਾਈ ਨ ਰੋਵੇ, ਰੋਂਦਾ ਵੈਂਦੇ ਦਸੈਂਦਾ ਕਿਉਂ ਇੱਥ ਕੈ ਲਾਉਣੇ। ਗਰੀਬ ਰੋ ਕੇ ਪਿਆ ਦੇ, ਇੱਥ ਮੇਰੇ ਹਸਨ ਦੇ ਯਤੀਮ ਕਾਸਿਮ ਦੀ ਲਾਸ਼ ਦੇ ਘੋੜੇ ਭਜੜੇ। ਅਕਬਰ ਦੇ ਮਾਤਮੀ ਜਿਤਨੇ ਆਜ਼ਾਦਾਰ ਵਹਿਣ ਕਰਕੇ ਰੋਂਦੇ ਪਏ, ਸ਼ਾਲਾ ਦੁਨੀਆ ਦੇ ਕਿਸੇ ਗਮ ਵਿੱਚ ਨਾ ਰੋਵੇ। ਝੋਲੀ ਵਧਾ ਤੇ ਜੁਮਲਾ ਤੇਰੇ ਹਵਾਲੇ ਕਰੇ ਨਾ ਬਾਬਾ ਜੀ, ਹੀਕ ਮੰਜ਼ਲ ਇਹੋ ਜਿਹੀ ਆਈਏ। ਗਰੀਬ ਬਾਂਦਾ ਬਾਂਦਾ ਮਿੱਟੀ ਤੇ ਬੈਠੇ, ਭੈਣ ਭੇਰਾ ਦੇ ਗਲੀ 'ਚ ਬਹੀ ਪਾ ਕੇ ਰੋ ਕੇ ਪਈਆ ਦੇ, ਹੁਸੈਨ ਭੈਣ ਮਰ ਵੰਨੀ ਆ, ਇਤਨਾ ਨਾ ਅਕਬਰ ਦੇ ਲਾਹਣ ਵਾਲੀ ਜਾਤ ਰੋਣੇ, ਨਾ ਇਤਨਾ ਗਾਜ਼ੀ ਦੇ ਲਾਹਣ ਵਾਲੀ ਜਾਤ ਰੋਣੇ, ਨਾ ਇਤਨਾ ਕਾਸਿਮ ਦੇ ਲਾਹਣ ਵਾਲੀ ਜਾਤ ਰੋਣੇ, ਭੈਣ ਮਰ ਵੰਨੀ ਆ, ਇਤਨਾ ਈ ਜਗ੍ਹਾ ਤੇ ਰੋਂਦਾ ਕਿਉਂ ਪਈਏ। ਭੈਣ ਦੇ ਪਾਸੇ ਦੇਖ ਕੇ ਆਦੇ ਨੇ ਜ਼ੈਨਬ ਨਰੂਆ ਮੁਲਤਾਨ ਵਾਲਿਓ, ਬੀਬੀ ਆਦੀ ਕਿਹੜਾ ਦਰਦ ਪਿਆ ਰੋਂਦੇ ਸੈਯਦਾ ਤੇ ਜ਼ੈਨਬ, ਇਹ ਉਹ ਜਗ੍ਹਾ ਜਿੱਥ ਮੈਂ ਅਸਗਰ ਕੋ ਚਾ ਕੇ ਪਾਣੀ ਮੰਗਣੇ, 9 ਲੱਖ ਤੀਰ ਮਾਰਨੇ ਨੇ, ਮੈਂ ਕੋ ਮਿੰਬਰ ਦੀ ਅਜ਼ਮਤ ਦੀ ਕਸਮ, ਮੈਂ ਗਰੀਬ ਰੋ ਰੋ ਕੇ ਆਦੇ ਮੈਂ ਪੁੱਤਰ ਕਿਤੇ ਪਾਣੀ ਮੰਗਸਾ, 9 ਲੱਖ ਅੱਧੇ ਰਾਸੇ ਨੇ। ਸਦਕੇ 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 ਮੇਰੀ ਜ਼ਾਕਰੀ ਨਹੀਂ ਤੇਰੇ ਆਪਣੇ ਦਿਲ ਦਾ ਦਰਦ ਏ। ਅਕਬਰ ਦੇ ਮਾਤਮੀਓ ਮੇਰੀ ਸੈਣ ਫਰਮਾਇਆ, ਹੁਸੈਨ ਹਰ ਕਹਿਣ ਦੇ ਲਾਹਣ ਦੀ ਜਾ ਦਿਖਾਈ, ਕਿਆ ਮੇਰੇ ਪੁੱਤਰ ਈ ਜਾਗੀਰ 'ਚ ਨਹੀਂ ਲਾਉਣਾ। ਅਕਬਰ ਦੇ ਮਾਤਮੀਓ ਭੈਣ ਦਾ ਹੱਥ ਨੱਪ ਕੇ ਬਾਬਾ ਜੀ ਦੂਰ ਲੈ ਗਏ, ਰੋ ਕੇ ਪੈਦਨ ਆ ਲਿਆ, ਇੱਥ ਤੇਰੇ ਮੁਹੰਮਦ ਲਾਣੇ। ਜ਼ੈਨਬ ਮੇਰੇ ਗੱਲ 'ਚ ਪਈ ਪਾ, ਜ਼ੈਨਬ ਨਰੂਆ ਤੇਰੇ ਆਉਣ ਅਕਬਰ ਦੀ ਜਾਗੀਰ ਦੇ ਬੰਨੇ ਤੂੰ ਬਹਿਰ ਲਾਉਣਾ। ਵਾਹ 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 ਵਾਹ, ਅਕਬਰ ਦੇ ਮਾਤਮੀ ਸਦਾਤ ਗੈਰ ਸਦਾਤ। ਬਾਬਾ ਜੀ ਸੱਤ ਦੀ ਦੀਗਰ ਦਾ ਪਾਣੀ ਬੰਦ ਹੋਇਆ, ਫੌਜਾਂ ਆਉਣਾ ਸ਼ੁਰੂ ਹੋ ਗਈਆਂ। ਮੈਂ ਕੋ ਮਿੰਬਰ ਦੀ ਅਜ਼ਮਤ ਦੀ ਕਸਮ ਹੈ ਬਾਬਾ ਜੀ, ਡਾ ਮੁਹਰਮ ਦੀ ਜਿਹੜੀ ਰਾਤ ਆਈ ਨਾ, ਕਰਬਲਾ ਦੇ ਗਰੀਬ 4 ਹਿੱਸੇ 'ਚ ਤਕਸੀਮ ਕੀਤੀ ਹੈ, ਜਿਹੜਾ ਗਰੀਬ ਖਿਆਮ ਦਾ ਖੁਫੀਆ ਚੱਕਰ ਹੈ ਨਾ ਬਾਬਾ ਜੀ, ਜਿਹੜਾ ਆਉਣ ਮੁਹੰਮਦ ਵਤਨ ਤੁਰੇ ਹੈ। ਬਾਬੇ ਫਰਮਾਇਆ, ਮੇਰਾ ਲਾਲ ਤੁਸਾਂ ਮਾਂ ਦੇ ਖੇਮੇ ਦਾ ਪਾਰਾ ਲਿਆਉਣਾ। ਸਰਕਾਰ ਵਫਾ ਫਰਮਾਇੰਦੇ, ਡਾ ਮੁਹਰਮ ਦੀ ਢੱਲੀ ਅਦਰਾ 'ਤੇ ਮੈਂ ਡਿੱਠੇ ਤੱਡੂ ਬੱਚੇ ਹੈ ਜਿਹੜੇ ਰੋ ਰੋ ਕੇ ਵਧਿਆ ਦਿਨ, ਇਵੇਂ ਤਲਵਾਰਾਂ ਛੋਟੀਆਂ ਜਿਹੀਆਂ ਹਵਾ 'ਚ ਲਹਿਰਾਉਂਦੇ ਵਧਣ, ਅਤੇ ਰੋ ਰੋ ਕੇ ਵਧਿਆ ਦੇ, ਅਲ ਹਿਜਾਬ ਅਲ ਹਿਜਾਬ ਅੱਬਾਸ ਸਦਨ, ਜਿਹੜਾ ਮੈਂ ਕਰੀਬ ਆ ਕੇ ਡਿੱਠੇ ਤਾਂ ਆਉਣ ਮੁਹੰਮਦ ਡੋਹੇ, ਮੇਰਾ ਮਾਂ ਦੇ ਖੇਮੇ ਦਾ ਪਾਰਾ ਦੇਂਦੇ ਖੜੇ ਨੇ, ਅਤੇ ਆਸਮਾਨ ਤੋਂ ਮੋਹ ਕਰਕੇ ਖੜਿਆ ਦਿਨ, ਪੱਖੀਓ ਪਰਵਾਜ਼ਾਂ ਬੰਦ ਕਰੋ, ਤੁਹਾਨੂੰ ਨਹੀਂ ਪਤਾ ਤੱਲੇ ਮੋਬਾਲੇ ਵਾਲੀ ਜ਼ਹਰਾ ਦੀ ਧੀ ਦਾ ਖੈਮੈ, ਇਹ ਆਉਂਦਾ ਖੈਮੈ ਜਿਹੜੀ ਬਾਬੇ ਅਲੀ ਨਾਲ ਕਦਾ ਹੀ ਨਹੀਂ ਬੋਲੀ। ਅਕਬਰ ਦੇ ਮਾਤਮੀ, ਬਸ ਜ਼ਿਆਦਾ ਇੰਤਜ਼ਾਰ ਨਾ ਕਰਾਵਾਂ, ਜ਼ਰਾ ਜ਼ਿਹਨ 'ਚ ਨਕਸ਼ਾ ਬਣਾ, ਅੱਜ ਤਾਂ ਮੁਲਤਾਨ ਦੀ ਧਰਤੀ ਦੇ ਸ਼ਾਹ ਸ਼ਮਸ ਦੀ ਨਗਰੀ ਦੇ ਵਿੱਚ ਦੇ ਜੀ, ਜ਼ਰਾ ਜ਼ਿਹਨ 'ਚ ਕਰਬਲਾ ਬਣਾ, ਅਤੇ ਕਰਬਲਾ ਦਾ ਮੰਜ਼ਰ ਬਣਾ ਕੇ ਇਹੋ ਕੋਈ ਸੋਚ, ਜੈ ਘਰ ਹੀਕ ਜਨਾਜ਼ਾ ਹੋਵੇ ਕਿਹੜੀ ਹਾਲਤ ਹੁੰਦੀ ਹੈ, ਅਤੇ ਜੈ ਘਰ ਅੱਜ 72 ਜਨਾਜ਼ੇ। ਮੈਂ ਕੋ ਮਿੰਬਰ ਦੀ ਕਸਮ, ਅੱਜ ਉਹ 72 ਜਨਾਜ਼ੇ ਜਿਹੜੇ ਅਲੀ ਦੀ ਧੀ ਬਗੈਰ ਦਫਨ ਦੇ ਭਰਾ ਦੇ ਇਲਾਜ ਤੋਂ ਰੋਂਦੀ ਹੋਈ ਟੁਰੀਏ, ਅਤੇ ਇਹੋ ਕੋ ਜਾ ਦੀ ਗਈ, ਹੁਸੈਨ ਕਰਬਲਾ ਜਾਣੇ, ਤੂੰ ਜਾਣ, ਸ਼ਾਮ ਜਾਣੇ, ਮੈਂ ਜ਼ੈਨਬ। ਸਦਕੇ ਸਦਕੇ, ਭਲਾ ਉਹ ਵੀ ਹੈ ਕਰਕੇ ਰੋਵਣ ਵਾਲਾ, ਸ਼ਾਲਾ ਦੁਨੀਆ ਦੇ ਕਿਸੇ ਗਮ ਵਿੱਚ ਨਾ ਰੋਵੇਂ। ਅਕਬਰ ਦੇ ਮਾਤਮੀ ਸਦਾਤ ਗੈਰ ਸਦਾਤ। ਮੈਂ ਕੋ ਮਿੰਬਰ ਦੀ ਅਜ਼ਮਤ ਦੀ ਕਸਮ, ਜਿੱਦਾਂ ਹੁਸੈਨ ਖਿਆਮ ਦਾ ਚੱਕਰ ਲਏ ਨਾ, ਮੇਰੀ ਆਲੀਆ ਸੈਨ ਡੋਹਾਂ ਸ਼ਹਿਜ਼ਾਦਾਂ ਕੋ ਝੋਲੀ 'ਚ ਬਲਾਈ ਬੈਠੀਏ, ਡੋਹਾਂ ਪੁੱਤਰਾਂ ਦੇ ਸਾਰ 'ਤੇ ਬਹੁਤ ਸਡੇ ਕੇ ਬੈਠਿਆ ਦੀ, ਮੇਰਾ ਲਾਲ ਤੁਸਾਂ ਅਕਬਰ ਤੋਂ ਪਹਿਲੇ ਲਾਉਣੇ, ਤੁਸਾਂ ਹਸਨ ਦੇ ਯਤੀਮ ਕਾਸਿਮ ਤੋਂ ਪਹਿਲੇ ਲਾਉਣੇ, ਕੱਲ ਦਾ ਦੀ ਚੜ੍ਹੇ ਤੁਸਾਂ ਅਕਬਰ ਤੋਂ ਪਹਿਲੇ ਲਾਓ, ਕਾਸਿਮ ਤੋਂ ਪਹਿਲੇ ਲਾਓ। ਉਹ ਜੀ ਹਰ ਮਾਂ ਆਪਣੇ ਪੁੱਤਰ ਕੋ ਝੋਲੀ 'ਚ ਪਾ ਕੇ, ਭਾਵੇਂ ਜਵਾਨ ਹੈ ਜੈ ਮਾਂ ਦਾ ਝੋਲੀ ਅਲਾਹਾ, ਮਾਵਾਂ ਪੁੱਤਰਾਂ ਕੋ ਝੋਲੀ 'ਚ ਪਾ ਕੇ ਇਹੋ ਕੁਝ ਬੈਠਿਆ ਦਿਨ, ਕੱਲ ਦਾਵੀਂ ਦੜੀ ਚੜ੍ਹੇ ਅਕਬਰ ਤੋਂ ਪਹਿਲੇ ਲਵਾਏ, ਕਾਸਿਮ ਤੋਂ ਪਹਿਲੇ ਲਵਾਏ। ਅਕਬਰ ਦੇ ਮਾਤਮੀ ਉਹ ਹੁਸੈਨ ਬਾਦਸ਼ਾਹ ਦੁਆ ਮੰਗੀ ਕਰ ਬਾਬਾ ਜੀ, ਧੀਆਂ ਭੈਣਾਂ ਹਰ ਕੋਈ ਕੋ ਪਿਆਰੀਆਂ ਹੁੰਦੀਆਂ, ਜਿਵੇਂ ਬੇ ਔਲਾਦ ਧੀ ਕਹਿ ਕੋ ਪਿਆਰੀ ਹੁੰਦੀ ਹੈ ਨਾ, ਇਵੇਂ ਕੋਈ ਧੀ ਪਿਆਰੀ ਨਹੀਂ ਆਉਂਦੀ। ਅਕਬਰ ਦੇ ਮਾਤਮੀ ਉਹ ਹੁਸੈਨ ਬਾਦਸ਼ਾਹ ਆਪਣੀ ਬੇ ਔਲਾਦ ਭੈਣ ਦੇ ਖੇਮੇ ਦੇ ਕੋਲੋਂ ਗੁਜ਼ਰੇ ਨਾ, ਮਿੱਟੀ 'ਤੇ ਹੱਥ ਰੱਖ ਕੇ ਬੈਠਿਆ ਦੀ, ਮੇਰਾ ਅੱਲਾ ਮੇਰਾ ਅੱਲਾ, ਅੱਜ ਮੇਰੇ ਪੁੱਤਰ ਹੋਵੇ ਨਾ ਨਾ,
ਮੈਂ ਮੇਰਾ ਹੁਸੈਨ ਦਾ ਸਦਕਾ ਦੇਵਾਂ ਹਾਂ, ਮੈਂ ਅਕਬਰ ਦਾ ਸਦਕਾ ਦੇਵਾਂ ਹਾਂ। ਬੈਣ ਦੀ ਬੇਔਲਾਦੀ ਵਾਲਾ ਬੈਣ ਸੁਣ ਕੇ ਬਾਬਾ ਜੀ ਮੁਲਤਾਨ ਨਾ ਲਿਓ, ਮੈਂ ਪੱਥਰ ਜਿਗਰ ਦਾ ਦਾਮ ਮੈਂ ਨਹੀਂ ਜਿਹੜਾ ਬੰਦਾ ਜ਼ਦਾਰ ਬਣ ਕੇ ਬੈਠੇ, ਗਰੀਬ ਖੜ ਨਹੀਂ ਸਕੇ। ਆਲੀਆ ਬਹਿਣ ਦੇ ਖੈਮੇ ਜਾ ਕੇ ਦਿਨ ਆਲੀਆ ਤੇਰੀ ਮਿਹਨਤ ਕਰਦਾ, ਇੱਕ ਵਾਰੀ ਕਲਸੋਮ ਬਹਿਣ ਦੇ ਖੈਮੇ ਦੇ ਦਰ ਤੇ ਆ। ਜਿਹੜਾ ਆਲੀਆ ਬਹਿਣ ਦੇ ਨਾਲ ਆਈ ਇਹਨਾਂ ਦੇ ਰੋ ਰੋ ਕੇ ਬੈਠੀ ਆਦੀ, ਮੇਰਾ ਅੱਲਾ ਅੱਜ ਕੋਈ ਮੈਦਾ ਪੁੱਤਰ ਹੋਵੇ ਹਾ, ਮੈਂ ਬਿਰਾ ਦਾ ਸਦਕਾ ਦੇਵਾਂ, ਮੈਂ ਕੋਈ ਮਿੰਬਰ ਦੀ ਅਜ਼ਮਤ ਦੀ ਕਸਮ ਏ, ਮੁਹੰਮਦ ਦਾ ਹੱਥ ਨੱਪ ਕੇ ਬੇ ਔਲਾਦ ਬਹਿਣ ਦੇ ਹੱਥ ਤੇ ਰੱਖ ਕੇ ਪਈ ਆਦੀ, ਅੱਜ ਦੇ ਬਾਅਦ ਮੈਂ ਵਾਅਦਾ ਪਈ ਕਰਦੀ ਹਾਂ ਬਤੂਲ ਦੀ ਧੀ, ਮੁਹੰਮਦ ਮੈਦਾ ਪੁੱਤਰ ਨਹੀਂ ਤੈਂ ਕਲਸੋਮ ਦਾ ਪੁੱਤਰ ਏ। ਅਕਬਰ ਦੇ ਮਾਦਮੀਆਂ ਝੋਲੀ ਦੇ ਦਾਮਨ ਚ ਹੱਥ ਪਾਤੇ, ਝੋਲੀ ਵਧਾ ਕੇ ਆਸਮਾਨ ਤੋਂ ਮੋਹ ਕਰਕੇ ਖੜੀ ਆਦੀ, ਮੇਰਾ ਅੱਲਾ ਭੱਲਾ ਥੀ ਵੇ ਜ਼ੈਨਬ ਦਾ, ਜੈ ਮੇਰੀ ਪਰਦੇਸ ਝੋਲੀ ਆਬਾਦ ਕੀਤੀ ਏ। ਵਾਹ 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 ਵਾਹ, ਭੱਲਾ ਹੋਵੇ ਬਈ ਭੱਲਾ ਹੋਵੇ। ਮੈਂ ਨੌਕਰ ਬਾਬਾ ਲੱਖ ਵਾਰੀ ਆਖਾਂ, ਜ਼ਿੰਦਗੀ ਤਾਂ ਕੋਈ ਪਤਾ ਨਹੀਂ। ਹੀ ਕਵੈਣ ਅਤੇ ਬਜ਼ੁਰਗਾਂ ਦੇ ਹਵਾਲੇ, ਮੈਂਬਰ ਬਾਬਾ ਜੀ ਨਾ ਮੁਹਰਮ ਦਾ ਨੀਂਹ ਚੜ੍ਹੇ ਮੇਰੀ ਸੈਣ ਬਾਬਾ ਜੀ, ਦੋਹਾਂ ਭੈਣਾਂ ਹੀਕ ਬੈ ਦੇ ਖੈਮੇ ਚ ਆਈਆਂ, ਕਲਸੋਮ ਸੈਣ ਦੇ ਪਾਸੇ ਮੇਰੀ ਆਲੀਆ ਸੈਣ ਡਿੱਠੇ, ਰੋ ਕੇ ਪਈ ਆਦੀ ਕਲਸੋਮ, ਉਹ ਵੇਖਣਾ ਹਰ ਪਾਸੋਂ ਫੌਜਾਂ ਵੇਹੜ ਗਈਆਂ, ਹੁਣ ਇੰਜ ਲੱਗਦੇ ਸਾਡਾ ਬਿਰਾ ਹੁਸੈਨ ਨਹੀਂ ਬਚਦਾ। ਤੇਰੀ ਮਿੰਨਤ ਕਰਦੀ ਹਾਂ, ਤੂੰ ਮੁਹੰਮਦ ਕੋ ਨਾਲ ਲਾ, ਮੈਂ ਔਨ ਕੋ ਨਾਲ ਲੈਂਦੀ ਹਾਂ, ਬਿਰਾ ਕੋਲ ਵਹਿੰਦੀ ਹੈ, ਅਸਾਂ ਪੁੱਤਰ ਸਦਕਾ ਦੇਂਦੀਆਂ ਹੈ, ਮਤਾਂ ਸਾਡਾ ਬਿਰਾ ਬਚਦਾ ਹੋਵੇ। ਅਕਬਰ ਦੇ ਮਾਤਮੀ ਓ ਬਾਬਾ ਜੀ, ਦੋਹਾਂ ਸ਼ਹਿਜ਼ਾਦਾਂ ਕੋ ਕਲਸੋਮ ਅਤੇ ਆਲੀਆ ਸੈਣ ਨਾਲ ਲਾ ਕੇ ਟੁਰੀਨ ਸ਼ਬੀਰ ਬਾਦਸ਼ਾਹ ਦੇ ਕੋਲ ਆ ਕੇ ਦਿਨ, ਹੁਸੈਨ ਤੇਰੀ ਮਿੰਨਤ ਕਰਦੀਆਂ ਹੈ, ਸਾਡੇ ਆਉਣੋ ਮੁਹੰਮਦ ਕੋ ਇਜਾਜ਼ਤ ਦੇ। ਇਜਾਜ਼ਤ ਦਾ ਨਾਮ ਹੈ ਗਰੀਬ ਰਜ ਰੁਨੇ। ਭੇਣ ਆਲੀਆ ਬੇਰਾ ਦੇ ਪਾਸੇ ਹੱਥ ਬਣ ਕੇ ਪਈ ਆਦੀ, ਹੁਸੈਨ ਨਾਰਾਜ਼ ਨਾ ਹੋਵੇ, ਇਸ ਵਾਸਤੇ ਪੁੱਤਰ ਲੈ ਆਈਆਂ, ਤੇਰੀ ਮਿੰਨਤ ਕਰਦੀਆਂ, ਤੂੰ ਜੋ ਇਜਾਜ਼ਤ ਨਹੀਂ ਦਿੰਦਾ। ਮਾਸ਼ਾਅੱਲਾ ਲੜੀ ਅੰਮਾ ਜ਼ਹਰਾ ਇਹੋ ਕੁਛ ਆਖੇ, ਮੇਰਾ ਬੇ ਪੁੱਤਰ ਮਰਾਇਆ, ਆਪਣੇ ਆਉਣੋ ਮੁਹੰਮਦ ਬਚਾਏ। ਤੇਰੀ ਮਿੰਨਤ ਕਰਦੀਆਂ, ਮੇਰੇ ਮਾਂ ਆਉਣੋ ਮੁਹੰਮਦ ਕੋ ਇਜਾਜ਼ਤ ਦੇ, ਤੇ ਕੋ ਮਾਂ ਜ਼ਹਰਾ ਦੇ ਜ਼ਖਮੀ ਪਾਸੇ ਦਾ ਵਾਸਤੇ। ਮੁਲਤਾਨ ਵਾਲੇ ਜਿਹੜਾ ਮਾਂ ਦੇ ਪਾਸੇ ਦਾ ਵਾਸਤਾ ਦਿੱਤੇ ਨਾ, ਗਰੀਬ ਰੋ ਕੇ ਪੈ ਦੇਣ, ਹੁਣ ਮੈਂ ਰਾਜ਼ੀ ਹਾਂ, ਪੁੱਤਰਾਂ ਦੀ ਤਿਆਰੀ ਕਰਾ ਮੈਦਾਨ ਦੋ ਭੇ। ਅਕਬਰ ਦੇ ਮਾਤਮੀ ਉਹ ਗਰੀਬ ਅੱਬਾਸ ਤੋਂ ਦੇਖ ਕੇ ਦੇਣ, ਅੱਬਾਸ ਜੀ ਸਰਦਾਰ ਘੋੜੇ ਲਿਆ, ਮੈਂ ਅੱਜ ਆਪਣੇ ਬੜੇਜਾਂ ਕੋ ਸਵਾਰ ਕਰੇਨਾ। ਅਕਬਰ ਦੇ ਮਾਤਮੀਆਂ ਦੋਹਾਂ ਭੈਣਾਂ ਨੇ ਆਉਣੋ ਮੁਹੰਮਦ ਦੀ ਤਿਆਰੀ ਸ਼ੁਰੂ ਕਰਾਈ, ਛੋਟੀਆਂ ਛੋਟੀਆਂ ਸ਼ਹਿਜ਼ਾਦਿਆਂ ਦੇ ਹੱਥਾਂ ਦੇ ਵਿੱਚ ਤਲਵਾਰ ਦਿੱਤੀ। ਮੈਂ ਕੋ ਮਿੰਬਰ ਦੀ ਅਜ਼ਮਤ ਦੀ ਕਸਮ ਹੈ ਬਾਬਾ ਜੀ, ਸ਼ਹਿਜ਼ਾਦਿਆਂ ਦੇ ਵਿਦੇ ਨਾ ਮੈਂ ਪੜ੍ਹ ਸਕਦਾ, ਨਾ ਮਾਤਮੀ ਜ਼ਦਾਰ ਬਰਦਾਸ਼ਤ ਕਰ ਸਕਦੇ। ਦਾਮਨ ਨੇ ਵਕਤ ਦੀ ਗੁੰਜਾਇਸ਼ ਨਹੀਂ, ਇਹਨੂੰ ਦੋਹਾਂ ਭੈਣਾਂ ਨਾਲ ਲਾ ਕੇ ਸ਼ਹਿਜ਼ਾਦਿਆਂ ਕੋ ਘੋੜਨ ਤੋਂ ਟੁਰੀਏ, ਇਹਨੂੰ ਅੱਬਾਸ ਦਰਮਿਆਨ ਵਿੱਚ ਹੀ ਘੋੜਾ ਸੱਜੇ ਹੀ ਖੱਬੇ, ਆਲੀਆ ਦੀ ਜੋੜੀ ਤੇ ਨਿਗਾਹ ਪਈ, ਸਰ ਦੁਆਮਾ ਮਲ ਹਾਏ, ਗਰੀਬ ਦੇ ਕਦਮਾਂ ਦੇ ਰੱਖ ਗਿਆ ਦੇ ਮੌਲਾ, ਤੁਹਾਡੀ ਮਿੰਨਤ ਕਰੇ ਨਾ ਮਾਂ ਦੇ ਜ਼ਖਮੀ ਪਾਸੇ ਦਾ ਵਾਸਤੇ। ਮੌਲਾ ਮੈਂ ਕੋਈ ਇਜਾਜ਼ਤ ਰੇ, ਇਹੋ ਜੇ ਨਾਜ਼ਕ ਫੁੱਲ ਕੋਈ ਮੈਦਾਨ ਵੰਜਣ ਦੇ ਡਾ ਦੇਣ ਬਣੇ ਦੇ ਬਜਾ, ਮੈਂ ਕੋਈ ਇਜਾਜ਼ਤ ਰੇ, ਮੈਂ 9 ਲੱਖ ਤੋਂ ਪੁੱਛਦਾ ਜੋ ਹੁਸੈਨ ਕੋਈ ਬੇਵਾਰੇ ਸੇ, ਅਕਬਰ ਦੇ ਸੀਨੇ ਫਲ ਬਰਛੀ ਦਾ ਕਿਵੇਂ ਮਰੇ ਨੇ। ਅਕਬਰ ਦੇ ਮਾਦਮੀ ਉਹ ਮੈਂ ਬੱਦਰ ਜਿਗਰ ਦਦਾ, ਮੈਂ ਨਹੀਂ ਜਿਹੜਾ ਬੰਦਾ ਜ਼ਦਾਰ ਬਣ ਕੇ ਬੈਠੇ, ਝੋਲੀ ਵਧਾ ਜੁਮਲਾ ਤੇਰੇ ਹਵਾਲੇ ਕਰੇ ਨਾ। ਮੁਲਦਾ ਨਾ ਲਿਓ ਜਦਾਂ ਦੋਹਾਂ ਮਾਵਾਂ ਭੇਜਣ, ਦੋਹਾਂ ਪੁੱਤਰਾਂ ਕੋ ਨਾਲ ਲਾ ਕੇ ਘੋੜੇ ਦੇ ਕਰੀਬ ਆਈਏ, ਹੁਸੈਨ ਦੀ ਆਵਾਜ਼ ਪਈਆਂ ਦੇ ਆਲੀਆ ਤੇਰੀ ਮਿੰਨਾ ਕਰੇ ਨਾ ਪੁੱਤਰ ਕੋ ਸਵਾਰ ਕਰਾ। ਹੁਣ ਮੁਲਦਾਨ ਲਿਓ ਮੈਂ ਪੱਤਰ ਜੀ ਕਰਦਾ ਜਾ, ਮੈਂ ਨਹੀਂ ਸਵਾਰ ਕਰਾਵਣ ਦਾ ਨਾ, ਮੈਂ ਮੁਹੰਮਦ ਬੇਜਾਨ ਕੈਲੇ ਸਜੇ ਦੇ ਕੈਲੇ ਖਬੇ ਦੇ ਆਉਣੋ ਮੁਹੰਮਦ ਇੱਕ ਬੈ ਦੇ ਗਲੇ ਚ ਬਹੀ ਪਾ ਦੇ। ਦੋਹਾਂ ਬਿਰਾਵਾਂ ਦੇ ਵੈਣ ਬੁਲਾਉਂਦੇ ਨ, ਆਲੀਆ ਦੀ ਆਵਾਜ਼ ਪਈ ਆਉਂਦੀ ਹੈ, ਲਾਲ ਇੰਜ ਕਿਉਂ ਬੈ ਰੋਂਦੇ ਹੋ, ਆਦੇ ਅਮਰ ਰੋਂਦੇ ਹੀ ਵੱਜਦੇ। ਅਕਬਰ ਕੀ ਹੈ ਉਹ ਕੋ ਭੈਣਾ ਜੜਾਏ, ਕਾਸਿਮ ਕੀ ਹੈ ਭੈਣ ਜੜਾਏ, ਅੰਮਾ ਰੋਂਦੇ ਹੀ ਵੱਜਦੇ, ਅੱਜ ਸਾਰੀਆਂ ਭੈਣਾਂ ਹੋਵੇ ਨਾ ਅੱਜ ਸਭ ਕੁਝ ਜੜਾਵੇ ਨਾ। ਮੁਲਤਾਨ ਵਾਲੇ ਉਹ ਭੈਣਾਂ ਦਾ ਨਾਮ ਹੈ, ਮੁਸਲਿਮ ਦੀਆਂ 2 ਧੀਆਂ ਡੁਰੀਆਂ, ਆਉਣੋ ਮੁਹੰਮਦ ਕੋਲ ਆ ਗਿਆ ਦਿਨ, ਤੁਹਾਡੀਆਂ ਭੈਣਾਂ ਕੋਈ ਨੇ ਸਾਡੇ ਫਿਰਾ
بیبیاں دی چھڑاوا سا یتیم چھڑاوا نایا ਰੋਣ ਨਹੀਂ ਆਉਂਦਾ ਉਹਨਾਂ ਮੁਹੰਮਦ ਦੀ ਸ਼ਹਾਦਤ ਜੀ ਬਾਬਾ ਮੈਨੂੰ ਕਰ ਜਿਤਨੇ ਆਜ਼ਾਦਾਰ ਵੇਣ ਕਰ ਗਰਾਉਂਦੇ ਪਏ ਅਕਬਰ ਦੇ ਮਾਦਮੀ ਹੋ ਮੈਂ ਸੁਚੇ ਦੱਖਣਾ ਬਾਬ ਜੀ ਆਉਣੋ ਮੁਹੰਮਦ ਸ਼ਾਲਾ ਲਾਣਾ ਮੈਂ ਪੜ ਕੇ ਨਾ ਮਾਦਮੀ ਬਰਦਾਸ਼ ਕਰੇ ਨਾ ਜ਼ਿੰਦਗੀ ਦਾ ਕੋਈ ਬੱਦਾ ਨਹੀਂ ਮੁਲਦਾ ਨਾ ਲਿਓ ਮੇਰੀ ਸੈਣ ਆਉਣ ਕੋ ਚਾਇਆ ਜ਼ੀਨ ਇਜ ਬਲਾਇਆ ਮੁਹੰਮਦ ਕੋ ਚਾਇਆ ਜ਼ੀਨ ਇਜ ਬਲਾਇਆ ਅੱਲਾ ਗਾਏ ਗਾਜ਼ੀ ਦਾ ਮਾਮ ਖੋਲ ਕੇ ਗਲੀ ਜਾਇਆ ਸ਼ਬੀਰ ਦੀ ਵਾਲ ਬਿਆਨ ਦੀ ਸ਼ਾਬਾਸ਼ ਮੇਰੇ ਲਾਲ ਘੋੜੇ ਮੈਦਾਨ ਦਾ ਡੋਰੋ ਮੱਦਾ ਕੋਈ ਮੇਰੀ ਪਰਦਾਦਾਰ ਬੀਬੀ ਮਰ ਵੰਨੇ ਮੁਲਦਾ ਨਾ ਲਿਆਉਣ ਮੈਂ ਸੁਚੇ ਦਾ ਖਣਾ ਬਾਜੀ ਆ ਰਿਵੈਦ ਪੜਸਾਂ ਕਿਵੇਂ ਮਾਦਮੀ ਬਰਦਾਸ਼ ਕਿਵੇਂ ਕਰੇ ਸੇਨ ਦੋਹਾਂ ਬੇਰਾਵਾਂ ਦੇ ਘੋੜੇ ਮੁਲਦਾ ਨਾ ਲਿਓ ਕਰਬਲਾ ਦੇ ਮੈਦਾਨ ਹੀ ਜਾਏਨ ਆਉਣ ਦੀ ਆਵਾਜ਼ ਬਿਆਨ ਦੀ ਮੁਹੰਮਦ ਵੀਰ ਅਸਾਂ ਕਰਬਲਾ ਦੇ ਮੈਦਾਨ ਹੀ ਜਾਏ ਸਾਰੀ ਮਾਂ ਕਨਾ ਦੇ ਦਰ ਦੇ ਆਈ ਖੜੀਏ ਅੱਜ ਇਵੇਂ ਜੰਗ ਕਰ ਜੋ ਅੰਮਾ ਕੋ ਬਾਬ ਨਾਨੇ ਅਲੀ ਦੀ ਜੰਗ ਯਾਦ ਆਵੇ ਮੁਲਤਾਨ ਨਾਲੇ ਉਹ ਜਾਦਾਰੋਂ ਫੌਜਾਂ ਵੇੜ ਗਈਆਂ ਨੰਨੇ ਦੇ ਹਵਾ ਚ ਬੁਲੰਦ ਕੀਤੇ ਨੇ ਉਮਰ ਇਬਨ ਸਾਦ ਦੇ ਖੈਮੇ ਦੇ ਆ ਕੇ ਰੱਸੀਆਂ ਕੱਟੀਆਂ ਨੇ ਉਮਰ ਇਬਨ ਸਾਦ ਫੌਜ ਤੋਂ ਦੌੜੇ ਹੱਕਲ ਮਾਰ ਗਿਆ ਦੇ ਤੁਹਾਡੇ ਕੋਲੋਂ ਇਹ ਯਤੀਮ ਨਹੀਂ ਲਾ ਅਕਬਰ ਦੇ ਮਾਤਮੀ ਜਦਈ ਜ਼ਾਲਿਮ ਆਖੇ ਜੋ ਸ਼ਹਿਜ਼ਾਦਾ ਖੁਜ਼ੀਨ ਦਲਾਓ ਹਰ ਪਾਸੋਂ ਤੀਰਾਂ ਦੀ ਬਾਰਿਸ਼ ਉਠੀਏ ਆਉਣ ਆਖੇ ਅੱਲਾਹ ਅਕਬਰ ਨਾਰੇ ਤਕਬੀਰ ਬੁਲੰਦ ਕੀਤੇ ਹੁਸੈਨ ਦਾ ਮਾਮਾ ਖੁੱਲ ਕੇ ਗਾਲੀ ਜਾਇਆ ਖੈਮੇ ਆ ਗਿਆ ਦਿਨ ਜ਼ੈਨਬ ਜਲਦੀ ਆ ਨੀ ਤੂੰ ਪੁੱਛਦੀ ਆਵੇਂ ਬਾਬਾ ਅਲੀ ਕਿਵੇਂ ਲੜਦਾ ਏ ਇੱਕ ਵਾਰੀ ਕਨਾ ਦੇ ਦਰ ਦੇ ਆ ਕੇ ਰੇਖ ਤੇਰਾ ਨਹੀਂ ਮੈਂ ਵਧਾ ਲੜਦਾ ਜਿਵੇਂ ਬਾਬਾ ਅਲੀ ਲੜਦਾ ਸਦਕੇ ਸਦਕੇ ਮੈਂ ਨੌਕਰ ਬਾਬਾ ਲੱਖ ਵਾਰੀ ਅੱਖਾਂ ਜਿਤਨੇ ਮਾਦਮੀ ਵੈਣ ਕਰਕੇ ਰੋਂਦੇ ਪਏ ਹੋ ਅਕਬਰ ਦੇ ਮਾਦਮੀ ਹੋ ਜਦੋਂ ਸ਼ਹਿਜ਼ਾਦਾ ਭਈ ਜੰਨੇ ਦੇ ਹਵਾ ਚ ਲਹਿਰਾਏ ਨਾ ਹੀ ਗਜ਼ਾਲ ਵਾਰ ਕੀਤੇ ਮੈਂ ਕੋ ਮਿੰਬਰ ਦੀ ਅਜ਼ਮਤ ਦੀ ਕਸਮ ਹੈ ਹੁਣ ਬਾਬਾ ਜੀ ਮੈਂ ਪਰਦਾ ਪੈਂਦਾ ਪਿਆਮ ਲੇਕਿਨ ਅੱਲਾਮ ਕੋ ਗਵਾਹ ਬਣਾ ਕੇ ਰਿਵਾਇਤ ਪੜਨਾ ਜਾਣਾ ਮਾਦਮੀ ਹੋ ਤੇਰੇ ਰੁਆਵਣ ਕੀਤੇ ਝੂਠ ਬੋਲਾ ਸ਼ਬੀਰ ਦਾ ਜ਼ਾਕਰ ਨਾ ਹੋਵਾ ਮੈਂ ਕੋ ਮਿੰਬਰ ਦੀ ਮੁਹੰਮਦ ਕੋ ਉਥਾਂ ਨੇਜ਼ਾ ਮਾਰੇ ਮੁਲਤਾਨ ਨਾਲਿਓ ਜੀ ਅਕਬਰ ਕੋ ਨੇਜ਼ਾ ਲੱਗਾ ਮੈਂ ਤੇਰੇ ਤੇ ਸਵਾਲ ਕਰੇ ਨਾ ਜੇ ਅਕਬਰ ਕੋ ਨੇਜ਼ਾ ਮਾਰਾ ਅਕਬਰ ਕੋ ਜ਼ੀਨੀ ਜੁਜਾ ਕੇ ਬੁਲੰਦ ਨਹੀਂ ਕੀਤਾ ਕਿਉਂ ਬੁਲੰਦ ਨਹੀਂ ਕੀਤਾ ਨੇਜ਼ੇ ਮਾਰਨ ਵਾਲਾ ਅਕਬਰ ਦਾ ਵਜ਼ਨ ਢੇਰਾ ਮੈਂ ਕੋ ਮਿੰਬਰ ਦੀ ਅਜ਼ਮਤ ਦੀ ਕਸਮ ਹੈ ਜੇ ਆਉਣ ਮੁਹੰਮਦ ਕੋ ਮੈਂ ਕੋ ਮਿੰਬਰ ਦੀ ਅਜ਼ਮਤ ਦੀ ਕਸਮ ਹੈ ਬਾਜੀ ਜੇ ਮੁਹੰਮਦ ਕੋ ਨੇਜ਼ਾ ਮਾਰੇ ਇਹ ਮੁਹੰਮਦ ਕੋ ਇਵੇਂ ਜਾਏ ਜਿਵੇਂ ਫੁੱਲ ਕੋ ਸੂਈ ਤੇ ਜਵੀ ਦੇ ਈ ਮੁਹੰਮਦ ਕੋ ਜਾਏ ਗਰੀਬ ਮਿੱਟੀ ਤੇ ਛਣੇ ਹੱਕਲ ਮਾਰ ਗਿਆ ਦੇ ਜ਼ੈਨਬ ਗੱਲ ਲਾ ਜੋੜੀ ਲਹਿ ਗਈ ਏ ਹੁਣ ਜਨਾਜ਼ੇ ਲਾਇਆ ਸੋ ਮੈਂ ਕੋ ਮਿੰਬਰ ਦੀ ਅਜ਼ਮਤ ਦੀ ਕਸਮ ਹੈ ਹੁਸੈਨ ਹੀ ਕਦਮ ਚੈਂਦੇ ਵੱਧ ਛਾਣ ਪਾਉਂਦੇ ਹੱਕਲ ਮਾਰ ਗਿਆ ਦਿਨ ਮੁਹੰਮਦ ਜਵਾਬ ਦੇ ਮਾਮਾ ਗੁਲੇਂਦ ਸਦਕੇ ਸਦਕੇ ਇਹ ਤਾਂ ਭਈ ਜਾਣ ਮੈਂ ਮੁਹੰਮਦ ਦਾ ਕਤਲ ਫੜਿਆ ਅਕਬਰ ਦੇ ਮਾਦਮੀ ਆਉਣ ਕਿਹੜੇ ਰੰਗ ਜਜ਼ੀਨ ਛੋੜੀਏ ਜਦਾ ਅਕਬਰ ਦੀ ਜਾਗੀਰ ਦੇ ਬੰਨੇ ਤੂੰ ਬਹਿਰਾਇਆ ਪਹਿਚਾਨੀ ਤੇ ਹੱਥ ਰੱਖਿਆ ਦੇ ਮਾਮਾ ਮੇਰਾ ਸਲਾਹ ਹੀ ਗਲਾਲ ਮਤੀਰ ਮਾਰੇ ਆਉਣ ਦੀ ਪਹਿਚਾਨੀ ਚ ਲੱਗੇ ਰੋ ਰੋ ਗਿਆ ਦੇ ਮਾਮਾ ਮੇਰਾ ਸਲਾਹ ਤਾਂ ਤਬੀਆ ਦਾ ਮੁਗ ਨਸਲ ਗਈ ਹਾਇਓ ਅਬਦੁੱਲਾ ਦੀ ਵਿੱਚ ਕਰ ਬਲ ਦੇ ਮੈਦਾਨ ਆਇਆ ਛਣਦਾ ਮਾਤਾ ਮੈਂ ਹੁਸੈਨ